ਇਹ ਤਸਵੀਰ ਜਿੱਤਲੇਗੀ ਤੁਹਾਡਾ ਦਿਲ ਦੋਸਤੋ ਕਿਉਂਕਿ ਇਨਸਾਨੀਅਤ ਹਰ ਇੱਕ ਇਨਸਾਨ ਦੇ ਵਿੱਚ ਹੁੰਦੀ ਹੈ ਔਰ ਉਸ ਨੂੰ ਸਮਝਣ ਦੀ ਲੋੜ ਹੈ ਗਰਮੀ ਦਾ ਮੌਸਮ ਆ ਰਿਹਾ ਤਾਂ ਦੂਸਰੇ ਪਾਸੇ ਇਹ ਤਸਵੀਰ ਤੁਹਾਡਾ ਦਿਲ ਇਸ ਕਰਕੇ ਜਿੱਤੇਗੀ ਕਿਉਂਕਿ ਪੰਛੀਆਂ ਨੂੰ ਇਹ ਵਿਅਕਤੀ ਜਿਹੜਾ ਹੈ ਪਾਣੀ ਛਿੜਕਾ ਕੇ ਉਹਨਾਂ ਨੂੰ ਠੰਡਕ ਜਿਹੜੀ ਆ ਰਾਹਤ ਮਹਿਸੂਸ ਕਰਵਾ ਰਿਆ ਨਾਲ ਨਾਲ ਤੁਸੀਂ ਦੇਖੋ ਵੀ ਪੰਛੀ ਕਿਵੇਂ ਲੋਟਪੋਟ ਹੋ ਰਹੇ ਆ ਸੜਕ ਦੇ ਉੱਪਰ ਤੇ ਕਿਵੇਂ ਉਹ ਪਾਣੀ ਦਾ ਛਿੜਕਾ ਜਿਹੜਾ ਉਹ ਲਗਾਤਾਰ ਕਰ ਰਿਹਾ ਇਨਸਾਨੀਅਤ ਹੁੰਦੀ ਆ ਦੋਸਤੋ ਪਹਿਲਾਂ ਤਾਂ ਇਨਸਾਨੀਅਤ ਦੇ ਲਈ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਕਮੈਂਟਾਂ 'ਚ ਆਪਣੀ ਰਾਇ ਜ਼ਰੂਰ ਸਾਂਝੀ ਕਰਿਆ ਕਰੋ ਤੇ ਵੀਡੀਓ ਕਿਵੇਂ ਲੱਗ ਰਹੀ ਆ ਤੇ ਨਾਲ ਨਾਲ ਤੁਸੀਂ ਤਸਵੀਰਾਂ ਦੇ ਵਿੱਚ ਦੇਖੀ ਜਾਓ ਵੀ ਉਹ ਵਿਅਕਤੀ ਜਿਹੜਾ ਹੈ ਉਹ ਪਾਈਪ ਦੇ ਨਾਲ ਪਾਣੀ ਜਿਹੜਾ ਉਹਨਾਂ ਦੇ ਉੱਪਰ ਛਿੜਕਾ ਰਹੇ ਤੇ ਪੰਛੀ ਬੜੀ ਮਸਤੀ ਦੇ ਨਾਲ ਲੋਡਪੋਟ ਹੋ ਰਹੇ ਆ ਗਰਮੀ ਦਾ ਸੀਜ਼ਨ ਹੈ ਪੰਛੀਆਂ ਦੇ ਲਈ ਜਾਂ ਜਾਨਵਰਾਂ ਦੇ ਲਈ ਤੁਸੀਂ ਵੀ ਉਪਰਾਲਾ ਕਰ ਸਕਦੇ ਹੋ ਜੇ ਉਹਨਾਂ ਨੂੰ ਗਰਮੀ ਤੋਂ ਰਾਹਤ ਲਵਾ ਸਕਦੇ ਹੋ ਕਿਉਂਕਿ ਇੱਕ ਛੋਟੇ ਜਿਹੇ ਉਪਰਾਲੇ ਦੇ ਨਾਲ ਇੱਕ ਛੋਟੇ ਜਿਹੇ ਕੰਮ ਦੇ ਨਾਲ ਕਿਸੇ ਦੀ ਜ਼ਿੰਦਗੀ ਬਚ ਸਕਦੀ ਹੈ ਕਿਸੇ ਦਾ ਜੀਵਨ ਬਚ ਸਕਦਾ ਹੈ ਤੇ ਅਜਿਹੇ ਕੰਮ ਕਰਨੇ ਚਾਹੀਦੇ ਨੇ ਪਹਿਲਾਂ ਤਾਂ ਵਾਈ ਦੇ ਲਈ ਸਲੂਟ ਬਣਦਾ ਜਿਸ ਨੇ ਇਹ ਉਪਰਾਲਾ ਕੀਤਾ ਜਿਨੇ ਪੰਛੀਆਂ ਦੇ ਲਈ ਪਾਣੀ ਦਾ ਛੜਕਾ ਕੀਤਾ ਕਿਉਂਕਿ ਉਹਨਾਂ ਨੂੰ ਗਰਮੀ ਲੱਗ ਰਹੀ ਸੀ ਤੇ ਸਾਫ-ਸਾਫ ਪਤਾ ਲੱਗ ਰਿਹਾ ਕਿ ਉਹ ਗਰਮੀ ਦੇ ਵਿੱਚੋਂ ਕਿੰਨੀ ਜ਼ਿਆਦਾ ਰਾਹਤ ਮਹਿਸੂਸ ਕਰ ਰਹੇ ਹੋ ਪਾਣੀ ਦੇ ਛੜਕਾ ਦੇ ਨਾਲ ਵੀਡੀਓ ਤੁਹਾਡਾ ਵੀ ਦਿਲ ਜਿੱਤੇਗੀ ਦੋਸਤੋ ਇਨਸਾਨੀਅਤ ਸਮਝਣੀ ਜ਼ਰੂਰੀ ਹੈ ਕਹਿੰਦਾ ਹਰ ਕੋਈ ਅੱਗੇ ਅਸੀਂ ਇਨਸਾਨੀਅਤ ਜਾਣਦੇ ਆ ਤੇ ਇਨਸਾਨੀਅਤ ਨੂੰ ਦੇਖਿਆ ਪਰ ਇਨਸਾਨੀਤ ਨਿਭਾਉਣੀ ਬੜੀ ਜ਼ਰੂਰੀ ਹੈ ਕਿਉਂਕਿ ਪਸ਼ੂ ਪੰਛੀ ਜਾਨਵਰ ਜਿਹੜੇ ਆ ਉਹ ਆਪਣੀ ਤਰ੍ਹਾਂ ਹੀ ਹੁੰਦੇ ਆ ਉਹ ਵੀ ਸਾਹ ਲੈਂਦੇ ਆ ਉਹਨਾਂ ਨੂੰ ਵੀ ਸਰਦੀ ਗਰਮੀ ਮਹਿਸੂਸ ਹੁੰਦੀ ਹੈ ਤਾਂ ਉਹਨਾਂ ਦੇ ਲਈ ਜੇ ਤੁਸੀਂ ਕੁਝ ਉਪਰਾਲਾ ਕਰ ਸਕਦੇ ਹੋ ਤਾਂ ਕਿਸ ਕੇ ਨਾਲ ਉਹਨਾਂ ਨੂੰ ਜਿਹੜੀ ਆ ਰਾਹਤ ਪਹੁੰਚਾ ਸਕਦੇ ਹੋ ਗਰਮੀ ਦੇ ਮੌਸਮ ਦੇ ਵਿੱਚ ਕਿਉਂਕਿ ਪੰਛੀਆਂ ਨੂੰ ਸਭ ਤੋਂ ਜ਼ਿਆਦਾ ਜਿਹੜੀ ਹੈ ਉਹ ਗਰਮੀ ਮਹਿਸੂਸ ਹੁੰਦੀ ਹੈ ਜਾਨਵਰਾਂ ਨੂੰ ਵੀ ਗਰਮੀ ਮਹਿਸੂਸ ਹੁੰਦੀ ਹੈ ਤਾਂ ਦੋਸਤੋ ਆ ਬਾਈ ਦੇ ਲਈ ਪਹਿਲਾਂ ਤਾਂ ਵੀਡੀਓ ਨੂੰ ਲਾਈਕ ਕਰਕੇ ਦੱਬ ਕੇ ਸ਼ੇਅਰ ਕਰ ਦਿਓ ਤੇ ਤੁਸੀਂ ਆਪਣੀ رائے ਜ਼ਰੂਰ ਸਾਂਝੀ ਕਰੋ ਕਮੈਂਟਾਂ ਦੇ ਵਿੱਚ ਕਿ ਬਾਈ ਨੇ ਜੋ ਕੰਮ ਕੀਤਾ ਤੁਹਾਨੂੰ ਲੱਗਿਆ ਕਿਵੇਂ ਤੇ ਆਪਣੇ ਆਪਣੇ ਸ਼ਹਿਰਾਂ ਦੇ ਵਿੱਚ ਤੁਸੀਂ ਗਰਮੀ ਦੇ ਮੌਕੇ ਇਨ੍ਹਾਂ ਜਾਨਵਰਾਂ ਪਸ਼ੂ ਪੰਛੀਆਂ ਦੇ ਲਈ ਕੀ ਕੁਝ ਕਰਨਾ ਚਾਹੁੰਦੇ ਹੋ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦੇ ਆ ਇੱਕ ਨਵੀਂ ਵੀਡੀਓ ਨਾਲ ਧੰਨਵਾਦ